ਆਦਮਪੁਰ ਨਜ਼ਦੀਕ ਗਾਉਂ ਡੀਂਗਰੀਆਂ ਮੈਂ ਡੇਰਾ 108 ਸ਼੍ਰੀ ਗੁਰੂ ਰਵਿਦਾਸ ਜੀ ਕੇ ਸੰਤ ਪਾਖਰ ਸਿੰਘ ਜੀ ਕੀ ਯਾਦ ਮੈਂ ਸੰਤ ਸੰਮੇਲਨ ਕਰਵਾਇਆ ਗਿਆ। ਐਨਕਾਊਂਟਰ ਨਿਊ ਆਦਮਪੁਰ ਸੇ ਗਣੇਸ਼ ਸ਼ਰਮਾ ਕੀ ਰਿਪੋਰਟ। ਅਸੀਂ ਇਸ ਪਾਸੇ ਜੁੜਾਂਗੇ। ਹੁਣ ਮੈਂ ਬੇਨਤੀ ਕਰਾਂਗਾ ਸਾਰੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਕਿ ਸਾਰੇ ਮਹਾਂਪੁਰਸ਼ ਜਾ ਕੇ ਲੰਗਰ ਛਕਣਗੇ। ਉਹਨਾਂ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈਗੀ ਹੈ, ਸਾਡੇ ਪਰਮ ਸਤਿਕਾਰਯੋਗ ਬੀਬੀ ਸ਼ਰੀਫਾ ਜੀ ਅਜੇਸੀਆ ਵਾਲੇ ਉਹਨਾਂ ਰਾਮ ਸਿੰਘ ਜੀ ਪਹੁੰਚੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆ ਇੱਥੇ ਆ ਕੇ ਚਰਨ ਵਾਰ। ਹੁਣ ਸਾਰੇ ਮਹਾਂਪੁਰਸ਼ਾਂ ਦਾ ਸਾਡੇ ਜਿਨ੍ਹਾਂ ਨੇ ਆ ਕੇ ਆਪਣੇ ਚਰਨਾਂ ਦੀ ਧੂੜੀ ਇਸ ਨਗਰ ਵਿੱਚ ਪਾਈ ਅਤੇ ਇਸ ਨਗਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ। ਜਿਨ੍ਹਾਂ ਨੇ ਧਰਤੀ ਨੂੰ ਚਾਰ ਚੰਦ ਲਾਏ ਅਤੇ ਭਾਗਾਂ ਵਾਲੇ ਬਣਾਇਆ, ਮਹਿਮਾ ਸਾਧੂਆਂ ਦੀ ਬੜੀ ਬੇਨਤ ਹੈ ਜੀ, ਮਹਿਮਾ ਸਾਧੂਆਂ ਦੀ ਬੜੀ ਬੇਨਤ ਹੈ ਜੀ। ਅੰਤ ਇਹਨਾਂ ਦਾ ਕੋਈ ਨਹੀਂ ਪਾ ਸਕਦਾ, ਨਹੀਂ ਅੰਤ ਸਮੁੰਦਰ ਦਾ ਕਿਨੇ ਪਾਇਆ, ਢਾਈਆਂ ਚੁੜੀਆਂ ਵਿੱਚ ਸਾਧੂ ਸਿਖਾ ਸਕਦਾ। ਸਤਸੰਗ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਪਿਆਰੀ ਸਤਸੰਗ ਜੀ, ਅਸੀਂ ਆਏ ਹੋਏ ਮਹਾਂਪੁਰਸ਼ਾਂ ਦੇ ਸਾਰੀ ਸੰਗਤਾਂ ਬਹੁਤ ਧੰਨਵਾਦ ਕਰਦੇ ਹਾਂ। ਇਹ ਡੇਰਾ 108 ਬਾਬਾ ਪਾਖਰ ਸਿੰਘ ਜੀ ਦਾ, ਉਹਨਾਂ ਨੇ 30 ਸਾਲ ਫੌਜ 'ਚ ਨੌਕਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਲੱਗੇ ਅਤੇ ਉਹਨਾਂ ਨੇ ਆਪ ਖੁਦ ਡੇਰਾ ਬਣਾ ਕੇ ਅਤੇ 40 ਸਾਲ ਦੀ ਤਪੱਸਿਆ ਕਰਦੇ ਸੀ। ਅੱਜ ਉਹਨਾਂ ਦੀ ਵਰਸੀ ਮਨਾਈ ਗਈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਰਪਿਤ ਜਨਮ ਦਿਨ ਉੱਤੇ ਪ੍ਰੋਗਰਾਮ ਕਰਾਇਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਭੋਗ ਪੁਆਏ ਗਏ। ਅਸੀਂ ਸਾਰੀਆਂ ਸੰਗਤਾਂ ਦਾ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ, ਭਰੂਣ ਹੱਤਿਆ ਨੂੰ ਰੋਕੋ, ਵੱਧ ਤੋਂ ਵੱਧ ਦਰਖਤ ਲਗਾਓ, ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖੋ, ਜਿੰਨਾ ਵੀ ਹੋ ਸਕੇ ਗੁਰਬਾਣੀ ਦਾ ਸਤਿਕਾਰ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੋ। ਡੇਰਾ 108 ਪਾਖਰ ਸਿੰਘ ਡਿੰਗਰੀਆਂ ਜ਼ਿਲ੍ਹਾ ਜਲੰਧਰ ਆਦਮਪੁਰ ਦੇ ਨਜ਼ਦੀਕ ਹੈ, ਆਦਮਪੁਰ ਤੋਂ ਭੋਗਪੁਰ ਦੇ ਰੋਡ 'ਤੇ ਸਥਿਤ ਹੈ ਅਤੇ ਹਰੇਕ ਸਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦੇ ਦਿਹਾੜਾ ਅਤੇ 108 ਪਾਖਰ ਸਿੰਘ ਦੀ ਬਰਸੀ ਅਤੇ 8 ਅਗਸਤ ਨੂੰ ਇੱਥੇ ਮੇਲੇ ਕਰਾਏ ਜਾਂਦੇ ਆ। ਸਾਰੀਆਂ ਸੰਗਤਾਂ ਨੂੰ ਇਹੀ ਮੇਰੀ ਦੁਆਰਾ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ, ਭਰੂਣ ਹੱਤਿਆ ਨੂੰ ਰੋਕੋ, ਵੱਧ ਤੋਂ ਵੱਧ ਧੀਆਂ ਦਾ ਸਤਿਕਾਰ ਕਰੋ, ਵੱਧ ਤੋਂ ਰੁੱਖ ਲਗਾਓ ਅਤੇ ਨਸ਼ਿਆਂ ਤੋਂ ਦੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਬਾਣੀ ਦਾ ਸਤਿਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ 108 ਸੰਤ ਬਾਬਾ ਪਾਖਰ ਸਿੰਘ
ਅਤੇ ਬੀਬੀ ਪ੍ਰਕਾਸ਼ ਕੌਰ ਦੀ ਬਰਸੀ ਹਰ ਸਾਲ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਅਸੀਂ ਆਏ ਹੋਏ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ, ਆਈ ਹੋਈ ਸੰਗਤ ਦਾ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਸੀ ਮਨਾਈ ਗਈ, ਰਹਿੰਦੇ ਜੱਗ ਤੇ ਸਦਾ ਸ਼ਹੀਦ ਜਿੰਦਾ, ਰਹਿੰਦਾ ਜ਼ਾਲਮਾਂ ਦਾ ਜੱਗ ਤੇ ਨਾਂ ਕੋਈ ਨਹੀਂ। ਉਹ ਥਾਂ ਮੋਹਰਾਂ ਵਿਛਾ ਕੇ ਲਈ ਜਿਹੜੀ ਮਹਿੰਗੀ, ਉਸ ਤੋਂ ਹੋਰ ਕੋਈ ਥਾਂ ਕੋਈ ਨਹੀਂ। ਚੜ੍ਹਦੀ ਕਲਾ ਕੋਈ ਸਿੱਖੇ ਦਸ਼ਮੇਸ਼ ਜੀ ਤੋਂ, ਖਾਚਾ ਹੀ ਮੁੱਖ ਤੇ ਖਰੇ ਖਿਜਾ ਕੋਈ ਨਹੀਂ। ਸਭ ਕੁਝ ਵਾਰ ਕੇ ਸ਼ੁਕਰ ਮਨਾਏ ਜਿਹੜੀ, ਗੁਜਰੀ ਵਰਗੀ ਜੱਗ ਤੇ ਮਾਂ ਕੋਈ ਨਹੀਂ, ਗੁਜਰੀ ਵਰਗੀ ਜੱਗ ਤੇ ਮਾਂ ਕੋਈ ਨਹੀਂ।